ਕਰੋੜਾਂ ਰੁਪਇਆ ਕੌਂਸਲ ਦਾ ਪੈਂਡਿੰਗ ਹੈ ਸਾਡੀ, ਮਤਾ ਹੀ ਨਹੀਂ ਪਾ ਰਹੀ ਜੀ, ਕਦੋਂ ਰਿਕਵਰ ਕਰਨਾ, ਕਿਵੇਂ ਹੋਗੀ ਗੱਲ? ਹੋ ਗਈ, ਅੱਜ ਉਹੀ ਕਰਕੇ ਆਇਆ, ਇੱਕ ਮਹੀਨੇ ਸਭ ਪੈਸੇ ਵਾਪਸ ਬਿਲਡਰਾਂ ਦੀਆਂ ਜੇਬਾਂ 'ਚੋਂ ਕਢਾ ਲੈਣੇ ਅਸੀਂ ਇੱਕ ਮਹੀਨੇ 'ਚ, ਸਾਡੇ ਮਾਂ ਜੀ ਪੁੱਤਰ ਤੋਂ, ਸਾਡੀ ਛੋਟੀ ਭੈਣ ਅਮਰ ਅਰੋੜਾ ਜੀ ਮੁਕਤਾ ਤੋਂ ਆਏ ਹੈ, ਔਰ ਸਾਡੀ ਵੱਡੀ ਭੈਣ ਨੀਲਾ ਕਿਸ਼ਨ ਜੀ ਰਾਜਪੁਰੇ ਤੋਂ, ਔਰ ਸਾਡੀ ਸਰਦਾਰ ਜੀ ਹੋਗੀ ਹੈ ਮੈਡਮ, ਔਰ ਜਿਹਦੇ ਵਿੱਚ ਕਿ ਅੱਜ ਸਾਰੇ ਹੀ ਉੱਚ ਅਧਿਕਾਰੀ ਜਿਵੇਂ ਨਗਰ ਕੌਂਸਲ ਦੇ ਲੋਕ ਡਰੇਨੇਜ ਦੇ, ਜਿਵੇਂ ਫਿਊਚਰ ਦੇ, ਰਿਵਾਇਰਮੈਂਟ ਦੇ, ਸੀਵਰੇਜ ਬੋਰਡ ਦੇ, ਸਾਡੇ ਕਾਰਪੋਰੇਸ਼ਨ ਦੇ ਕਮਿਸ਼ਨਰ ਮੁਹਾਲੀ ਤੋਂ ਬੈਨਿਕ ਜੀ ਦੇ, ਏ ਡੀ ਸੀ ਸਾਹਿਬ ਅਤੇ ਗੁਰਮੰਗਤ ਜੀ ਐਸ ਡੀ ਐਮ, ਔਰ ਸਾਰੇ ਹੀ ਜਿੰਨੇ ਔਫਿਸਰ ਸੀ ਬੈਠ ਕੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ, ਔਰ ਜੋ ਜੋ ਨਗਰ ਕੌਂਸਲ ਖਰੜ ਦੇ ਵਿੱਚ ਪ੍ਰੋਬਲਮਸ ਨੇ, ਭਾਵੇਂ ਪਾਣੀ ਸੀਵਰੇਜ ਦੀ ਹੈ, ਉਹਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਵੀ ਜਿਹੜੇ ਐਸ ਟੀ ਪੀ ਲੱਗਣੇ ਆ ਹੋਰ ਜਲਦੀ ਤੋਂ ਜਲਦੀ ਲਾਏ ਜਾਣ, ਉਹਦੇ ਨਾਲ ਸਫਾਈ ਦੇ ਉੱਤੇ ਗੱਲਬਾਤ ਕੀਤੀ ਆ, ਔਰ ਜਿੰਨੀਆਂ ਲੀਗਲ ਔਰ ਇਲੀਗਲ ਇੱਥੇ ਕਲੋਨੀਆਂ ਬਣੀਆਂ ਨੇ ਉਹਨਾਂ ਦੇ ਉੱਤੇ ਵਿਸ਼ੇਸ਼ ਤੌਰ 'ਤੇ ਵਿਸ਼ੇਸ਼ ਚਰਚਾ ਹੋਈ ਆ ਵੀ ਜਿਹੜੀਆਂ ਇਲੀਗਲ ਕਲੋਨੀਆਂ ਨੇ ਜਿੱਥੇ ਕੰਪਾਊਂਡੇਬਲ ਹੋ ਸਕਦੀਆਂ ਨੇ ਉਹਨਾਂ ਤੋਂ ਜੁਰਮਾਨਾ ਲੈ ਕੇ ਉਹਨਾਂ ਲੀਗਲ ਕਰੋ, ਜਿਹੜੀਆਂ ਨਹੀਂ ਹੋ ਸਕਦੀਆਂ ਉਹਨਾਂ 'ਤੇ ਬਣਦੀ ਕਾਰਵਾਈ ਕਰੋ, ਔਰ ਜੋ ਭੂਮੀ ਮਾਫੀਆ ਉਹ ਬਿਲਕੁਲ ਨਹੀਂ ਅਸੀਂ ਕੰਫਰਟ ਦੇਣਾ ਹੈਗਾ, ਔਰ ਕਿਉਂਕਿ ਜੋ ਲੋਕ ਟੈਕਸ ਦੇ ਕੇ ਸਰਕਾਰ ਨੂੰ ਵਾਲੀਆਂ ਪੈਸਾ ਦੇ ਕੇ ਆਪਣੀ ਕਲੋਨੀ ਨੂੰ ਅਪਰੂਵ ਕਰਾਉਂਦੇ ਨੇ ਉਹਨਾਂ ਦੀ ਆੜ ਦੇ ਵਿੱਚ ਜਿਹੜਾ ਪਿਛਲੇ ਪਾਸੇ ਇਹਨਾਂ ਦੇ ਬੈਕ ਉੱਤੇ ਦੂਜਾ ਮਾਫੀਆ ਕੰਮ ਕਰਦਾ ਹੈਗਾ ਉਹਨੂੰ ਰੋਕਣ ਵਾਸਤੇ ਵਿਸ਼ੇਸ਼ ਤੌਰ 'ਤੇ ਪ੍ਰਸ ਪ੍ਰਾਪਰਟੀ ਟੈਕਸ ਦਾ ਦੁਬਾਰਾ ਤੋਂ ਸਰਵੇ ਕੀਤਾ ਜਾਵੇ ਵੀ ਪ੍ਰੋਪਰਟੀ ਟੈਕਸ ਕਿੰਨਾ ਘੱਟ ਆ ਰਿਹਾ, ਕਿਉਂਕਿ ਇੱਥੇ ਜਿੰਨੀ ਸਟੈਂਪ ਬੱਸੋ ਖਰੜ ਦੇ ਵਿੱਚ ਮਲਟੀ ਸਟੋਰੀ ਫਲੈਟਸ ਨੇ, ਕਲੋਨੀ ਨੇ, ਮੌਲਜ਼ ਨੇ, ਮਤਲਬ ਵੱਡੇ ਵੱਡੇ ਮੁੱਦੇ 'ਤੇ ਰੈਸਟੋਰਾਂ ਸਾਰਾ ਮਤਲਬ ਵਪਾਰਕ ਅਦਾਰੇ ਖੁੱਲ੍ਹੇ ਨੇ ਵੀ ਸਾਰਿਆਂ ਦਾ ਇੱਕ ਵਾਰ ਤੋਂ ਦੁਬਾਰਾ ਤੋਂ ਸਰਵੇ ਕਰਕੇ ਇਹਨਾਂ ਦਾ ਪ੍ਰੋਪਰਟੀ ਟੈਕਸ ਦਾ ਦੇਖਿਆ ਜਾਵੇ, ਔਰ ਵਾਰਾ ਪਸ਼ੂਆਂ ਦੇ ਉੱਤੇ ਰੋਕਥਾਮ ਵਾਸਤੇ ਨਿਰਦੇਸ਼ ਦਿੱਤੇ ਗਏ ਨੇ, ਔਰ ਉਸ ਤੋਂ ਇਲਾਵਾ ਪ੍ਰਦੂਸ਼ਣ ਦੇ ਉੱਤੇ ਮੈਕਸੀਮਮ ਪਲਾਂਟੇਸ਼ਨ ਕਰਾਉਣ ਵਾਸਤੇ ਨਿਰਦੇਸ਼ ਦਿੱਤੇ ਗਏ, ਔਰ ਉਸ ਤੋਂ ਇਲਾਵਾ ਐੱਨ ਐੱਚ ਆਈ ਏ ਦੇ ਜਿਹੜੇ ਜਿਹੜੇ ਵੀ ਪੁਲਾਂ ਦੀ ਸਾਫ਼ ਸੰਭਾਲ ਪਾਣੀ ਦਾ ਉਹਨਾਂ ਦਾ ਸਾਫ਼ ਸਫਾਈ ਅਤੇ ਲਾਈਟਾਂ ਦਾ ਇੰਤਜ਼ਾਮ ਅਤੇ ਜਿੱਥੇ ਜਿੱਥੇ ਕੋਈ ਪ੍ਰੋਬਲਮ ਹੈਗੀ ਐੱਨ ਐੱਚ ਆਈ ਦੀ ਉਹਨੂੰ ਸਹੀ ਕਰਨ ਵਾਸਤੇ ਉਹਨਾਂ ਨੂੰ ਨਿਰਦੇਸ਼ ਦਿੱਤੇ ਗਏ ਨੇ, ਇਹ ਸਾਰੀ ਕਮੇਟੀ ਨੇ ਅੱਜ ਉਹਨਾਂ ਨੂੰ ਅਸੀਂ ਦੇਤਾ ਹੈ ਵੀ ਇੱਕ ਮਹੀਨੇ ਦੇ ਵਿੱਚ ਸਾਰਾ ਮਸਲਾ ਹੱਲ ਕਰਕੇ ਇਹਨੂੰ ਸ਼ੁਰੂ ਕਰਾਇਆ ਜਾਵੇ। ਇੱਕ NOC ਦਾ ਮਸਲਾ ਹੈ ਜੀ, ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਵੀ NOC ਰਜਿਸਟਰ ਕੀਤੇ ਜਾਣ, ਪਰ ਤੁਹਾਡੀ ਨਗਰ ਕੌਂਸਲ ਦੇ ਵਿੱਚ ਜਿਹੜਾ ਪੁਰਾਣਾ ਚੱਲ ਰਿਹਾ 18 ਦਾ ਚੱਲ ਰਿਹਾ, ਜਿਹੜੀ 24 ਦੇ ਵਿੱਚ ਤੁਸੀਂ ਨੋਟੀਫਿਕੇਸ਼ਨ ਜਾਰੀ ਕੀਤਾ, ਉਹ ਨਕਸ਼ੇ ਉਹਦੇ 'ਚ ਕਿਵੇਂ ਪਾਸ ਹੋਣ? ਉਹਦੇ ਲਈ ਤੁਹਾਨੂੰ ਨੋਟੀਫਿਕੇਸ਼ਨ ਆ ਗਈ ਹੈ ਅਤੇ ਆਪਾਂ ਲਾਗੂ ਕੀਤੀ ਹੈ? ਨਹੀਂ ਸਰ, ਉਹ ਨਕਸ਼ੇ ਉੱਤੇ ਹੈ।
ਮੈਂ ਨਕਸ਼ਿਆਂ ਦੀ ਗੱਲ ਕੀਤੀ, ਜਿਹੜੀ ਤੁਹਾਡੀ ਇੱਥੇ ਸਰਕਾਰ ਦੀ ਪਾਲਿਸੀ ਵੀ 2018 ਤੱਕ ਦੇ ਪਾਸ ਕਰ ਰਹੇ ਸੀਗੇ, ਹੁਣ 24 ਦੇ ਜਿਹੜੇ ਬੰਦੇ ਰਜਿਸਟਰੀਆਂ ਕਰਾਉਣਗੇ ਉਹਨਾਂ ਨੂੰ ਕਿਸ ਰੂਪ ਵਿੱਚ ਲੜਨਗੇ, ਕਿਉਂਕਿ ਉਹਨਾਂ ਨੇ ਪਹਿਲਾਂ ਬਿਆਨੇ ਕਰ ਚੁੱਕੇ ਆ। ਉਹ ਵੀ ਇੱਕ ਮੀਟਿੰਗ ਇੱਥੇ ਪਾਸ ਹੋ ਜਾਂਦੇ ਨੇ, ਮਤੇ ਬਹੁਤ ਵਧੀਆ 6-6 ਮਹੀਨੇ ਉੱਥੇ ਪੈਂਡਿੰਗ ਰਹਿੰਦੇ ਨੇ ਡਾਇਰੈਕਟਰ ਸਾਹਿਬ ਦੇ। ਉਹਦੇ ਵਾਸਤੇ ਸਖ਼ਤ ਟੈਸਟ ਕਮੇਟੀ ਨੇ ਕਰਤੀ ਹੈ 3 ਮਹੀਨਿਆਂ 'ਚ ਸਾਰੇ ਪੰਜਾਬ ਦੇ ਨਗਰ ਕੌਂਸਲਾਂ ਦੇ, ਟਰੱਸਟਾਂ ਦੇ, ਨਗਰ ਪਾਲਿਕਾਵਾਂ ਦੇ ਜਿੰਨੇ ਪੈਂਡਿੰਗ ਮਤੇ ਪਏ ਨੇ 3 ਮਹੀਨਿਆਂ ਦੇ ਵਿੱਚ ਵਿੱਚ, ਠੀਕ ਹੈ, ਅਸੀਂ ਸਿਫਾਰਿਸ਼ ਕਰਤੀ ਹੈਗੀ ਆ ਸੈਕਟਰੀ ਲੋਕਲ ਗਵਰਨਮੈਂਟ ਨੂੰ ਕਿ ਕਲੀਅਰ ਕਰਕੇ ਡਿਪਾਰਟਮੈਂਟ। ਇਹਦੇ 'ਚ ਪੈਨਲ ਦੀ ਬੜੀ ਪਤਾ ਨਹੀਂ ਘਾਟ ਹੈ, ਕਿਆ ਕਾਰਨ ਹੈ ਪਤਾ ਨਹੀਂ, ਅਗਿਆਨਤਾ ਦੀ ਘਾਟ ਹੈ ਕਿ ਜਿਹੜਾ ਮਤਾ ਜਾਂਦਾ ਹੈ ਉਹ ਕਦੀ ADC ਸਾਹਿਬ ਕੋਲ ਚਲ ਜਾਂਦਾ ਹੈ, ਜਾਂ ਜਾਣਾ ਚਾਹੀਦਾ ਡਾਇਰੈਕਟਰ ਕੋਲ ਨਹੀਂ ਜਾਂਦਾ ADC ਕੋਲ ਚਲ ਜਾਂਦਾ, ਜਾਂ ਉਹ ਨੀਚੇ ਹੀ EO ਸਾਹਿਬ ਦੇ ਲੈਵਲ 'ਤੇ ਪਾਸ ਹੋਣਾ ਹੁੰਦਾ, ਪਰ ਉਹਦੇ 'ਚ ਇਹ ਨਹੀਂ ਸਮਝਾਉਂਦਾ। EO ਸਾਹਿਬ ਤੋਂ ਚੱਕ ਕੇ ਮੇਰੇ ਖਿਆਲ 'ਚ ADC ਨੂੰ ਭੇਜ ਦਿੱਤਾ ਜਾਂਦਾ, ਉੱਥੇ ਤੋਂ ਡਾਇਰੈਕਟਰ ਕੋਲ, ਕਿਉਂਕਿ ਇਹ ਜਿਹੜੀ ਛੋਟੇ ਮਤੇ ਨੇ 25 ਲੱਖ ਤੋਂ ਥੱਲੇ ਦੇ ਜਾਂ 50 ਲੱਖ ਤੋਂ ਥੱਲੇ ਦੇ, ਉਹ ਨਗਰ ਕੌਂਸਲ ਦੀ ਕਮੇਟੀ ਦੇ ਹੀ ਪਾਸ ਕਰਨਾ ਹੁੰਦਾ। 25 ਆਪ ਜਾਓ ਭਾਵੇਂ ਛੁੱਟੀ ਆ ਕੋਈ ਗੱਲ ਨਹੀਂ, ਭਾਵੇਂ ਅੱਜ ਹੀ ਜਾਓ, ਠੀਕ ਹੈ, ਅੱਜ ਜਾ ਕੇ ਇਹਨਾਂ ਨਾਲ ਮੌਕਾ ਦੇਖੋ ਜੀ, ਜੇ ਪ੍ਰੋਸੈਸ 'ਤੇ ਪੈਸੇ ਪਏ ਆ ਤਾਂ ਇਮੀਡੀਏਟਲੀ ਇਹਨਾਂ ਨੂੰ ਫੰਡ ਲੋਕ ਕਰੋ, ਅਤੇ ਜੇ ਐਸਟੀਮੇਟ ਬਣਿਆ ਤਾਂ ਉਹਨੂੰ ਬਣਾਓ ਜਲਦੀ ਜਲਦੀ, ਐਸਟੀਮੇਟ ਬਣਾਓ, ਬਣਿਆ ਵੀ ਹੋਇਆ ਫੰਡ ਉਹਦੇ 'ਚ ਰਿਲੀਜ਼ ਵੀ ਹੋਏ ਨੇ, ਅਤੇ ਜੇ ਵਰਕ ਆਰਡਰ ਹੋਇਆ ਹੋਇਆ, ਵਰਕ ਆਰਡਰ ਹੋਇਆ ਤਾਂ ਉਹਨੂੰ ਰਿਮੂਵ ਕਰਾਓ ਜੀ, ਅਤੇ ਮੈਂ ਨਹੀਂ ਪੱਥਰ ਧਰਨਾ ਆਊਂਗਾ ਜੀ। ਸਰ ਇੱਕ ਜਿਹੜੀਆਂ ਗਊਸ਼ਾਲਾ ਹੈਗੀਆਂ ਪ੍ਰੋਸੈਸ ਬਿਲਕੁਲ ਨਹੀਂ ਉਹਨਾਂ ਨੂੰ ਜਾ ਰਿਹਾ, 11,000 ਰੁਪਏ ਮਹੀਨਾ ਜਾ ਰਿਹਾ, ਉਹ ਵੀ ਅਸੀਂ ਕਰ ਰਹੇ ਹਾਂ ਪਹਿਲਾਂ ਅਸੀਂ ਤੁਹਾਡੀ ਗਊਸ਼ਾਲਾ ਬਣਵਾ ਦਿੱਤੀ, ਠੀਕ ਹੈ ਜ਼ਰੂਰੀ ਹੈ ਸਰ। ਇੱਕ ਮੇਨ ਤੁਸੀਂ ਇਹ ਸਭ ਨੂੰ ਪਰਸਨਲ ਸਮਝ ਕੇ ਸਰ, ਇੱਕ ਮੇਨ ਇੱਕ ਸਾਡੇ ਡੰਪਿੰਗ ਗਰਾਊਂਡ ਜੀ ਸਾਰਾ ਨਰਕ ਬਣਿਆ ਪਿਆ ਸ਼ਹਿਰ ਜੀ, ਅਤੇ ਉਹਦਾ ਬਹੁਤ ਵੱਡਾ ਮੁੱਦਾ ਜੀ, ਉਹ ਇੱਕ ਸਾਡੇ ਕਜੌਲੀ ਵਾਟਰ ਵਰਕਸ ਸੀ, ਇੰਨਾ 5-7 ਸਾਲ ਹੋ ਗਏ ਜੀ, ਕੁਛ ਨਹੀਂ ਉਹਦੇ 'ਚ ਪ੍ਰੋਗਰੈਸ ਹੋ ਰਹੀ, ਉਹ ਵੀ ਰੁਕਿਆ ਪਿਆ ਜੀ ਸਰ। ਗਊਸ਼ਾਲਾ ਵਾਲਾ ਤੁਸੀਂ ਸਰ, ਇੱਕ ਬੇਨਤੀ ਹੋ ਰਹੀ ਜੀ ਸਾਡੇ ਬਿਲਡਰਾਂ